ਗੁੱਡ ਮਾਰਨਿੰਗ ਸਟੱਡੀ ਸਪੀਡ ਚੈਨਲ ਵਿੱਚ ਤੁਹਾਡਾ ਸਵਾਗਤ ਹੈ ਅੱਜ 5 ਅਕਤੂਬਰ ਤੇ ਅੱਜ ਦੇ ਲੈਕਚਰ ਦੀ ਸ਼ੁਰੂਆਤ ਆਪਾਂ ਇੰਪੋਰਟੈਂਟ ਈਸੇ ਨਾਲ ਕਰਾਂਗੇ ਪਹਿਲਾਂ ਆਪਾਂ ਦੇਖਦੇ ਹਾਂ ਵੀ 4 ਅਕਤੂਬਰ ਨੂੰ ਕਿਹੜਾ ਦਿਨ ਜਿਹੜਾ ਹੈਗਾ ਸੈਲੀਬ੍ਰੇਟ ਕੀਤਾ ਜਾਂਦਾ ਹੈ 4 ਅਕਤੂਬਰ ਨੂੰ World Animal Day ਹੈ ਜਿਹੜਾ ਸੈਲੀਬ੍ਰੇਟ ਕੀਤਾ ਜਾਂਦਾ ਹੈ ਇਹ ਜਿਹੜਾ ਹੈਗਾ ਜਾਨਵਰਾਂ ਦੀ ਜਿਹੜੀ ਹੈਗੀ ਸਥਿਤੀ ਨੂੰ ਇੰਪਰੂਵ ਕਰਨ ਦੇ ਲਈ ਜਿਹੜੇ ਹੈਗੇ ਕਈ ਲੋਕ ਇਹਨਾਂ ਪ੍ਰਤੀ ਜਿਹੜੀ ਹੈਗੀ क्रੂਅਲਟੀ ਦਾ ਜਿਹੜਾ ਹੈ ਕ੍ਰਿਓਲ ਵਤੀਰਾ ਜਿਹੜਾ ਰੱਖਦੇ ਆ ਇਨਾਂ ਦੀ ਜਿਹੜੀ ਸਥਿਤੀਆਂ ਨੂੰ ਇੰਪਰੂਵ ਕਰਨ ਦੇ ਲਈ ਤੇ ਇਹ ਵੀ ਇਨਾਂ ਵਿੱਚ ਵੀ ਜਾਣ ਹੁੰਦੀ ਹੈ ਇਹ ਵੀ ਜਿਹੜੇ ਹੈਗੇ ਆ ਇਹਨਾਂ ਦੇ ਵੀ ਰਾਈਟ ਹੁੰਦੇ ਆ ਉਸ ਪ੍ਰਤੀ ਜਾਗਰੂਕ ਕਰਨ ਦੇ ਲਈ 4 ਅਕਤੂਬਰ ਨੂੰ ਵਰਲਡ ਜਿਹੜਾ ਹੈਗਾ ਐਨੀਮਲ ਡੇ ਸੈਲੀਬ੍ਰੇਟ ਕੀਤਾ ਜਾਂਦਾ ਹੈ ਇਸ ਵਾਰ ਦੀ ਦੀ ਥੀਮ ਕੀ ਆ ਸਸਟੇਨਿੰਗ ਆਲ ਲਾਈਫ ਔਨ ਅਰਥ ਇਸ ਵਾਰ ਦੀ ਦੀ ਥੀਮ ਸੀ ਚਲੋ ਜੀ ਅਗਲੇ ਇੰਪੋਰਟੈਂਟ ਡੇ ਤੇ ਚੱਲਦੇ ਆ ਆ ਜਾਏਗਾ 5 ਅਕਤੂਬਰ ਯਾਨੀ ਕਿ ਅੱਜ ਦੇ ਦਿਨ ਹੈਗਾ ਵਰਲਡ ਟੀਚਰਸ ਡੇ ਹੈ ਜਿਹੜਾ ਸੈਲੀਬ੍ਰੇਟ ਕੀਤਾ ਜਾਂਦਾ ਜਿਹੜਾ ਇੰਡੀਆ ਲੈਵਲ ਤੇ ਹੈ ਕਿਹੜੇ ਦਿਨ ਸੈਲੀਬ੍ਰੇਟ ਕੀਤਾ ਜਾਂਦਾ 5 ਸੈਪਟੇਮਬਰ ਨੂੰ ਜਿਹੜਾ ਹੈ ਟੀਚਰਸ ਡੇ ਸੈਲੀਬ੍ਰੇਟ ਕੀਤਾ ਜਾਂਦਾ ਤੇ ਕਿੰਨਾਂ ਦੀ ਯਾਦ ਵਿੱਚ ਜਿਹੜਾ ਹੈਗਾ ਇਹ ਮਨਾਇਆ ਜਾਂਦਾ ਸਰਪल्ली राधाकृष्णन ਜੀ ਦੀ ਯਾਦ ਵਿੱਚ ਜਿਹੜਾ ਹੈਗਾ ਇਹ ਸੈਲੀਬ੍ਰੇਟ ਕੀਤਾ ਜਾਂਦਾ ਜਿਹੜੇ ਕਿ ਆਪਣੇ ਇੰਡੀਪੈਂਡੈਂਟ ਇੰਡੀਆ ਦੇ ਸੈਕੰਡ ਜਿਹੜੇ ਹੈਗੇ ਪ੍ਰੈਜ਼ੀਡੈਂਟ ਸੀ ਤੇ ਫਰਸਟ ਕੀ ਸੀ ਫਰਸਟ ਵਾਈਸ ਪ੍ਰੈਜ਼ੀਡੈਂਟ ਸੀ ਸਰਪੱਲੀ ਰਾਧਾਕ੍ਰਿਸ਼ਨ ਜੀ ਉਹਨਾਂ ਦੀ ਯਾਦ ਵਿੱਚ ਜਿਹੜਾ ਹੈਗਾ ਇਹ ਟੀਚਰਸ ਡੇ ਇੰਡੀਆ ਲੈਵਲ ਤੇ ਸੈਲੀਬ੍ਰੇਟ ਕੀਤਾ ਜਾਂਦਾ ਹੈ वर्ल्ड ਲੈਵਲ ਤੇ ਕਿਹਨੇ ਕਿਹੜੀ ਨੂੰ ਸੈਲੀਬ੍ਰੇਟ ਕੀਤਾ ਜਾਂਦਾ ਹੈ 5 ਅਕਤੂਬਰ ਨੂੰ वर्ल्ड ਟੀਚਰਸ ਡੇ ਜਿਹੜਾ ਹੈਗਾ ਸੈਲੀਬ੍ਰੇਟ ਕਰਦੇ ਆ ਤੇ ਇਸ ਵਾਰ ਦੀ ਦੀ ਥੀਮ ਕੀ ਹੈ ਟੀਚਰਸ ਲੀਡਿੰਗ ਇਨ ਕ੍ਰਾਈਸਿਸ ਰੀਇਮੇਜਿੰਗ ਦਾ ਫਿਊਚਰ ਜਿਹੜੀ ਹੈਗੀ ਆ ਇਸ ਵਾਰ ਦੀ वर्ल्ड ਟੀਚਰਸ ਡੇ ਦੀ ਥੀਮ ਹੈ ਚਲੋ ਜੀ ਅੱਜ ਦੀ ਪਹਿਲੀ ਨਿਊਜ਼ ਤੇ ਚੱਲਦੇ ਆਂ ਸ਼੍ਰੀਲੰਕਾ ਨੇ ਜਿਹੜਾ ਹੈਗਾ ਕੈਟਲ ਸਲੈਕਟਰ ਤੇ ਜਿਹੜਾ ਹੈਗਾ ਬੈਨ ਕਰ ਦਿੱਤਾ ਜਿਹੜਾ ਹੈਗਾ ਗਊ ਗਊ ਦਾ ਮਾਸ ਹੈ ਉਸ ਤੇ ਬੈਨ ਕਰ ਦਿੱਤਾ ਹੈ ਸ਼੍ਰੀਲੰਕਾ ਨੇ ਕਿਹਾ ਵੀ ਹੁਣ ਜਿਹੜਾ ਹੈਗਾ ਉਹ ਬੀਫ ਹੈ ਉਹ ਦੂਸਰੀ ਕੰਟਰੀ ਆ ਜਿਹੜੀਆਂ ਉਹਨਾਂ ਤੋਂ ਇੰਪੋਰਟ ਕਰੇਗੀ ਉੱਥੇ ਹੀ ਜਿਹੜਾ ਹੈਗਾ ਗੋਮਾਸ ਜਿਹੜਾ ਹੈਗਾ ਨਹੀਂ ਕੱਟਿਆ ਜਾਊਗਾ ਠੀਕ ਹੈ ਜੀ ਇਹ ਸੀਗੀ ਸ਼੍ਰੀਲੰਕਾ ਤੋਂ ਨਿਊਜ਼ ਜਿਹੜਾ ਨੇ ਕੀ ਕੀਤਾ ਕੈਟਲ ਸਲੈਕਟਰ ਤੇ ਜਿਹੜਾ ਹੈਗਾ ਬੈਨ ਲਗਾ ਦਿੱਤਾ ਚਲੋ ਜੀ ਅਗਲੀ ਨਿਊਜ਼ ਤੇ ਚੱਲਦੇ ਆ ਅਗਲੀ ਨਿਊਜ਼ ਆ ਪ੍ਰਾਈਮ ਮਿਨਿਸਟਰ ਜਿਹੜੇ ਮੋਦੀ ਜੀ ਨੇ ਇਹਨਾਂ ਨੇ ਐਨੋਗ੍ਰੇਟ ਕੀਤਾ ਆਰਟੀਫੀਸ਼ੀਅਲ ਇੰਟੈਲੀਜੈਂਸੀ ਰੇਸ ਸਬਮਿਟ ਜਿਹੜੀ ਹੈਗਾ ਰੇਸ ਸਬਮਿਟ ਹੈ ਇਹਦਾ ਐਨੋਗ੍ਰੇਟ ਕੀਤਾਗਾ ਉਦਘਾਟਨ ਕੀਤਾਗਾ ਪਹਿਲਾਂ ਤਾਂ ਇਹ ਦੇਖ ਲੈਣੇ ਆ ਵੀ ਇਹਦੀ ਜਿਹੜੀ ਫੁੱਲ ਫਾਰਮ ਕੀ ਆ ਇਹ ਹੈਗੀ ਆ ਰਿਸਪੌਂਸਿਬਲ ਇੰਟੈਲੀਜੈਂਸੀ ਆਰਟੀਫੀਸ਼ੀਅਲ ਇੰਟੈਲੀਜੈਂਸੀ ਫਾਰ ਸੋਸ਼ਲ ਏਮਪਾਵਰਮੈਂਟ ਜਿਹੜੀ ਹੈਗੀ ਇਹਦੀ ਫੁੱਲ ਫਾਰਮ ਆ ਰੇਜ਼ ਦੀ ਤੇ ਇਹ ਮੋਦੀ ਸਾਹਿਬ ਨੇ ਜਿਹੜਾ ਹੈਗਾ ਇਹ ਐਨੋਗ੍ਰੇਟ ਕੀਤੀ ਆ ਇਹ ਸਬਮਿਟ ਇਹ ਕੀ ਕਰੂਗੀ ਜਿਹੜੀ ਹੈਗੀ ਐਗਰੀਕਲਚਰ ਐਜੂਕੇਸ਼ਨ ਹੈਲਥ ਤੇ ਜਿਹੜੇ ਹੈਗੇ ਇਦਾਂ ਦੇ ਅਦਰ ਸੈਕਟਰ ਨੇ ਉਹਨਾਂ ਵਿੱਚ ਜਿਹੜਾ ਹੈਗਾ ਆਰਟੀਫੀਸ਼ੀਅਲ ਇੰਟੈਲੀਜੈਂਸੀ ਹੈ ਜਿਹੜੀ ਉਹਨੂੰ ਕਿਵੇਂ ਯੂਜ਼ ਕੀਤਾ ਜਾ ਸਕਦਾ ਠੀਕ ਹੈ ਉਹਦਾ ਕਿਵੇਂ ਆਪਾਂ ਉਹ ਤੋਂ ਬੈਨੀਫਿਟ ਲੈ ਸਕਦੇ ਆ ਇਸ ਜਿਹੜਾ ਹੈਗਾ ਇਹਦੇ ਨਾਲ ਰਿਲੇਟਡ ਜਿਹੜੀ ਹੈਗੀ ਹੈ ਸਬਮਿਟਰ ਇਸ 5 ਅਕਤੂਬਰ ਤੋਂ ਲੈ ਕੇ 9 ਅਕਤੂਬਰ ਤੱਕ ਜਿਹੜੀ ਹੈਗੀ ਹੈ ਇਹ ਸਬਮਿਟ ਜਿਹੜੀ ਹੈਗੀ ਹੈ ਚੱਲੂਗੀ ਚਲੋ ਜੀ ਅਗਲੀ ਨਿਊਜ਼ ਤੇ ਚੱਲਦੇ ਆ ਅੱਗੇ ਕੀ ਹੈ ਜਿਹੜਾ ਹੈਗਾ ਸੈਕੰਡ ਐਡੀਸ਼ਨ ਜਿਹੜਾ ਹੈਗਾ ਦੇਖਣ ਨੂੰ ਮਿਲ ਰਿਹਾ ਹੈ ਨੇਵਲ ਐਕਸਰਸਾਈਜ਼ ਦਾ ਬੋਂਗੋ ਸਾਗਰ ਇਹਦਾ ਨਾਮ ਹੈ ਕਿਹੜੇ ਕਿਹੜੇ ਦੇਸ਼ ਦੇ ਵਿੱਚ ਹੈ ਜਿਹੜੀ ਹੈਗੀ ਹੈ ਕਿਹੜੇ ਦੇਸ਼ ਦੀ ਜਿਹੜੀ ਨੇਵੀ ਉਹਦੇ ਵਿੱਚ ਗਾਇਆ ਹੈ ਇੰਡੀਆ ਦੇ ਜਿਹੜੀ ਹੈਗੀ ਆ ਬੰਗਲਾਦੇਸ਼ ਦੀ ਨੇਵੀ ਆ ਇਹਦੇ ਵਿਚਾਲੇ ਨਾਰਥਰਨ ਬੇ ਆਫ ਬੰਗਾਲ ਦੇ ਵਿੱਚ ਜਿਹੜੀ ਹੈਗੀ ਆ ਇਹ ਰੱਖੀ ਗਿਆ ਇਹਦਾ ਫਰਸਟ ਐਡੀਸ਼ਨ ਜਿਹੜਾ ਦੇਖਣ ਨੂੰ ਮਿਲਿਆ ਸੀ ਆਪਾਂ ਨੂੰ 2019 ਦੇ ਵਿੱਚ ਵੋਂਗੋ ਸਾਗਰ ਦਾ ਜਿਹੜਾ ਹੈਗਾ ਫਰਸਟ ਐਡੀਸ਼ਨ ਦੇਖਣ ਨੂੰ ਮਿਲਿਆ ਸੀ ਇਹ ਸੀਗੀ ਐਕਸਰਸਾਈਜ਼ ਜਿਹੜੀ ਕਿ ਨੇਵਲ ਐਕਸਰਸਾਈਜ਼ ਵੋਂਗੋ ਸਾਗਰ ਬੇ ਆਫ ਬੰਗਾਲ ਦੇ ਵਿੱਚ ਦੇਖਣ ਨੂੰ ਮਿਲ ਰਹੀ ਹੈ ਤੇ ਇੰਡੀਆ ਤੇ ਬੰਗਲਾਦੇਸ਼ ਦੇ ਵਿਚਾਲੇ ਚਲੋ ਜੀ ਅਗਲੀ ਨਿਊਜ਼ ਤੇ ਚੱਲਦੇ ਆਂ ਅੱਡੀ ਨਿਊਜ਼ ਵਿੱਚ ਕਹਿਆ ਜਾ ਰਿਹਾ ਵੀ ਜਿਹੜੀ ਹੈਗਾ ਵਰਲਡ ਦੀ ਲੋਂਗੇਸਟ ਹਾਈਵੇ ਟਨਲ ਆ ਉਹ ਓਪਨ ਹੋ ਗਿਆ ਹਿਮਾਚਲ ਪ੍ਰਦੇਸ਼ ਦੇ ਵਿੱਚ ਜਿਹੜਾ ਹੈਗਾ ਇਹ ਟਨਲ ਓਪਨ ਹੋ ਗਿਆ ਮੋਦੀ ਜੀ ਨੇ ਜਿਹੜਾ ਹੈਗਾ ਇਹਦਾ ਉਦਘਾਟਨ ਕੀਤਾ ਹੈ ਤੇ 9.02 ਕਿਲੋਮੀਟਰ ਜਿਹੜਾ ਹੈਗਾ ਇਹ ਲੰਬਾ ਜਿਹੜਾ ਹੈਗਾ ਟਨਲ ਹੈਗਾ ਤੇ ਇਹ ਬਾਰਡਰ ਰੋਡਸ ਆਰਗੇਨਾਈਜੇਸ਼ਨ ਜਿਹੜੀ ਹੈਗਾ ਬਰੋਵੀ ਨੂੰ ਸ਼ਾਰਟਕਟ ਦੇ ਵਿੱਚ ਕਹਿਆ ਜਾਂਦਾ ਤੇ ਇਹਨੇ ਜਿਹੜਾ ਹੈਗਾ ਇਹ ਇਹਦਾ ਜਿਹੜਾ ਬਣਾਇਆਗਾ ਇਹਨੂੰ ਜਿਹੜਾ ਹੈਗਾ ਇਸ ਆਰਗੇਨਾਈਜੇਸ਼ਨ ਨੇ ਇਹਨੂੰ ਬਣਾਇਆ ਮਨਾਲੀ ਤੇ ਜਿਹੜਾ ਹੈਗਾ ਲਾਹੌਲ ਸਪੇਟੀ ਵਲੇਆ ਇਹਨੂੰ ਇਹ ਕਨੈਕਟੀਵਿਟੀ ਪ੍ਰੋਵਾਈਡ ਕਰੂਗਾ ਇਹ ਟਨਲ ਤੇ ਆਪਾਂ ਹਿਮਾਚਲ ਪ੍ਰਦੇਸ਼ ਦੇ ਵਿੱਚ ਹੋਰ ਵੀ ਨਿਊਜ਼ ਦੇਖੀ ਸੀ ਜਿਹੜਾ ਹੈਗਾ ਸਵੱਛ ਕੈਫ ਰਿਹਾ ਜਿਹਦੇ ਵਿੱਚ ਕੀ ਜਿਹੜਾ ਅਨੁਗ੍ਰੇਡ ਕੀਤਾ ਸੀ ਉੱਥੋਂ ਦੇ ਸੀਐਮ ਸੀਐਮ ਨੇ ਕੀਤਾ ਸੀ ਜੈਰਾਮ ਠਾਕੁਰ ਜੀ ਨੇ ਇਹਦਾ ਉਦਘਾਟਨ ਕੀਤਾ ਸੀ ਆਪਾਂ ਥੋੜੇ ਦਿਨ ਪਹਿਲਾਂ ਇਹ ਨਿਊਜ਼ ਦੇ ਵਿੱਚ ਦੇਖਿਆ ਸੀ ਇਹਦੇ ਵਿੱਚ ਕੀ ਸੀ ਵੀ ਜਿਹੜਾ ਹੈਗਾ ਟ੍ਰੈਡੀਸ਼ਨਲ ਫੂਡ ਆ ਜਿਵੇਂ ਸਰੋਂ ਦਾ ਸਾਗ ਹੋ ਗਿਆ ਇਦਾਂ ਦੇ ਜਿਹੜੇ ਹੈਗੇ ਆ ਫੂਡ ਦੇ ਵਿੱਚ ਜਿਹੜੇ ਹੈਗਾ ਜਿਹੜੇ ਹੈਗਾ ਪ੍ਰੋਵਾਈਡ ਕੀਤੇ ਜਾਣਗੇ ਸਵੱਛ ਕੈਫੇ ਦੇ ਵਿੱਚ ਤੇ ਇੱਕ ਸਵੱਛ ਪਾਰਕ ਵੀ ਜਿਹੜਾ ਹੈਗਾ ਉਹ ਹਿਮਾਚਲ ਪ੍ਰਦੇਸ਼ ਦੇ ਵਿੱਚ ਹੀ ਜਿਹੜਾ ਹੈਗਾ ਦੇਖਣ ਨੂੰ ਮਿਲਦਾ ਹੈਗਾ ਚਲੋ ਇਹ ਸੀਗੀ ਜਿਹੜਾ ਹੈਗਾ ਇਹ ਸੀਗੀ ਨਿਊਜ਼ ਜਿਹੜਾ ਅਟਲ ਟਨਲ ਹੈ ਸਭ ਤੋਂ ਦੁਨੀਆ ਦਾ ਸਭ ਤੋਂ ਜਿਹੜਾ ਲੰਬਾ ਟਨਲ ਹੈ ਹਿਮਾਚਲ ਪ੍ਰਦੇਸ਼ ਦੇ ਵਿੱਚ ਓਪਨ ਹੋ ਗਿਆ ਚਲੋ ਜੀ ਅਗਲੀ ਨਿਊਜ਼ ਤੇ ਚੱਲਦੇ ਆਂ ਅਗਲੀ ਨਿਊਜ਼ ਹੈ ਜਿਹੜੇ ਹੈਗਾ ਸਵੱਛ ਭਾਰਤ ਅਵਾਰਡ ਹੈ ਇਹ ਦਿੱਤੇ ਗਿਆ ਹੈ ਤਿੰਨ ਕੈਟਾਗਰੀ ਦੇ ਵਿੱਚ ਜਿਹੜੇ ਹੈਗਾ B 2020 ਦੇ ਜਿਹੜੇ ਇਹ ਅਵਾਰਡ ਹੈ ਦਿੱਤੇ ਗਿਆ ਇੱਕ ਤਾਂ ਹੈਗਾ ਸਵੱਛ ਸੁੰਦਰ ਸਮੁਦਾਇਕ ਸੌਚਾਲਿਆ ਇੱਕ ਹੈਗਾ ਗੰਦਗੀ ਮੁਕਤ ਭਾਰਤ ਸਮੁਦਾਇਕ ਸੌਚਾਲਿਆ ਅਭਿਆਨ ਇਹ ਤਿੰਨ ਕੈਟਾਗਰੀ ਦੇ ਵਿੱਚ ਦਿੱਤੇ ਗਿਆ ਦੇਖ ਲੈਣੇ ਆ ਗੁਜਰਾਤ ਨੇ ਜਿਹੜਾ ਹੈਗਾ ਸਟੇਟ ਲੈਵਲ ਤੇ ਸਵੱਛ ਸੁੰਦਰ ਸਮੁਦਾਇਕ ਸੌਚਾਲਿਆ ਕੈਟਾਗਰੀ ਦੇ ਵਿੱਚ ਫਰਸਟ ਪ੍ਰਾਈਜ਼ ਜਿਹੜਾ ਹੈਗਾ ਇਹਨੂੰ ਮਿਲਿਆਗਾ ਗੁਜਰਾਤ ਨੂੰ ਸਟੇਟ ਲੈਵਲ ਤੇ ਤੇ ਜਿਹੜਾ ਹੈਗਾ ਤਾਮਿਲਨਾਡੂ ਨੂੰ ਮਿਲੇਗਾ ਜਿਹੜਾ ਸਮੁਦਾਇਕ ਸੁਚਾਲਿਆ અભિયાન ਇਸ ਕੈਟਾਗਰੀ ਦੇ ਅੰਡਰ ਜਿਹੜਾ ਹੈਗਾ ਤਾਮਿਲ ਲਾਡੂ ਨੂੰ ਫਰਸਟ ਪ੍ਰਾਈਜ਼ ਮਿਲਿਆ ਤੇ ਜਿਹੜਾ ਹੈਗਾ ਗੰਦਗੀ ਮੁਕਤ ਭਾਰਤ ਮਿਸ਼ਨ ਹੈ ਇਹਦੇ ਵਿੱਚ ਤੇਲੰਗਾਨਾ ਤੇ ਜਿਹੜੀ ਹੈਗੀ ਆ ਹਰਿਆਣਾ ਨੇ ਇਹਨਾਂ ਨੇ ਜਿਹੜਾ ਹੈਗਾ ਫਰਸਟ ਪ੍ਰਾਈਜ਼ ਹੈ ਜਿਹੜਾ ਹਾਸਲ ਕੀਤਾ ਇਹ ਸੀਗੇ ਤਿੰਨ ਕੈਟਾਗਰੀ ਦੇ ਜਿਹੜੇ ਅਵਾਰਡ ਨੇ ਸਵੱਛ ਭਾਰਤ ਅਵਾਰਡ ਆ ਜਿਹੜੇ ਇਹ ਦਿੱਤੇ ਗਏ ਆ ਤੁਹਾਨੂੰ ਪਤਾ ਵੀ ਜਿਹੜਾ ਸਵੱਛ ਭਾਰਤ ਅਭਿਆਨ ਇਹ 2014 ਦੇ ਵਿੱਚ ਜਿਹੜਾ ਹੈਗਾ ਆਇਆ ਸੀ ਤੇ ਲਾਂਚ ਕੀਤਾ ਗਿਆ ਸੀ ਤੇ ਅੱਜ ਇਹਨੂੰ 6 ਸਾਲ ਹੋ ਗਏ ਨੇ ਚਲੋ ਜੀ ਅਗਲੀ ਨਿਊਜ਼ ਤੇ ਚੱਲਦੇ ਆ ਜਿਹੜਾ ਹੈਗਾ ਮੋਦੀ ਪ੍ਰਾਈਮ ਮਿਨਿਸਟਰ ਮੋਦੀ ਜੀ ਨੇ ਐਨੋਗ੍ਰੇਟ ਕੀਤਾ ਵੈਬਵ ਸਬਮਿਟ ਹੈ ਜਿਹੜੀ ਇਹ ਕੀਤੀ ਹੈ ਐਨੋਗ੍ਰੇਟ ਤੇ ਇਹ 2 ਅਕਤੂਬਰ ਤੋਂ ਲੈ ਕੇ 31 ਅਕਤੂਬਰ ਤੱਕ ਦੇਖਣ ਨੂੰ ਮਿਲੇਗੀ ਤੇ ਇਹਦੇ ਵਿੱਚ ਕੀ ਹੈ ਇਹ ਵਰਚੁਅਲ ਸਬਮਿਟ ਸੀ ਜਿਹੜੇ ਕਿ ਆਪਣੇ ਰਿਸਰਚਰ ਨੇ ਜਾਂ ਹੋਰ ਐਦਾਂ ਦੇ ਜਿਹੜੇ ਸਾਇੰਟਿਸਟ ਨੇ ਉਹਨਾਂ ਦੀ ਜਿਹੜੀ ਹੈਗੀ ਹੈ ਇਹ ਮੀਟਿੰਗ ਸੀ ਵੀ ਉਹਨਾਂ ਨੇ ਕੀ ਕੀ ਹੋਰ ਵਧੀਆ ਕੀਤਾ ਜਾ ਸਕਦਾ ਹੋਰ ਕੀ ਇੰਪਰੂਵ ਕੀਤਾ ਜਾ ਸਕਦਾ ਤੇ ਉਹਨਾਂ ਦੀ ਜਿਹੜਾ ਹੈਗਾ ਕੀ ਕੁਝ ਵੀ ਹੁਣ ਤੱਕ ਹਾਸਲ ਕਰ ਚੁੱਕਿਆ ਉਹਦੇ ਬਾਊਟ ਜਿਹੜੀ ਹੈਗੀ ਹੈ ਇਹ ਸਬਮਿਟ ਹੈ ਇਹ ਵਰਚੁਅਲ ਜਿਹੜੀ ਹੈਗੀ ਹੈ ਸਬਮਿਟ ਵੀਡੀਓ ਕਾਨਫਰੰਸ ਦੁਆਰਾ ਹੋਊਗੀ ਤੇ 2 ਅਕਤੂਬਰ ਤੋਂ ਲੈ ਕੇ 31 ਅਕਤੂਬਰ ਤੱਕ ਜਿਹੜੀ ਚੱਲੂਗੀ ਏਸੀ ਅੱਜ ਦਾ ਲੈਕਚਰ ਜੇ ਤੁਸੀਂ ਮੇਰੇ ਚੈਨਲ ਤੇ ਨਵੇਂ ਹੋ ਤਾਂ ਚੈਨਲ ਨੂੰ ਸਬਸਕ੍ਰਾਈਬ ਕਰ ਦਿਓ ਤੇ ਵੀਡੀਓ ਨੂੰ ਸ਼ੇਅਰ ਤੇ ਲਾਈਕ ਜਰੂਰ ਕਰ ਦਿਓ ਜੇ ਤੁਸੀਂ ਮੈਨੂੰ ਟੈਲੀਗ੍ਰਾਮ ਤੇ ਜੁਆਇਨ ਕਰਨਾ ਚਾਹੁੰਦੇ ਹੋ ਤਾਂ ਡਿਸਕ੍ਰਿਪਸ਼ਨ ਦੇ ਵਿੱਚ ਜਿਹੜਾ ਹੈਗਾ ਟੈਲੀਗ੍ਰਾਮ ਦਾ ਲਿੰਕ ਦੇ ਦਿੱਤਾ ਗਿਆ ਹੈ ਤੇ ਜੇ ਮੈਨੂੰ ਫੇਸਬੁਕ ਤੇ ਜੁਆਇਨ ਕਰਨਾ ਚਾਹੁੰਦੇ ਹੋ ਤਾਂ ਫੇਸਬੁਕ ਦਾ ਜਿਹੜਾ ਹੈਗਾ ਪੇਜ ਦਾ ਲਿੰਕ ਵੀ ਡਿਸਕ੍ਰਿਪਸ਼ਨ ਦੇ ਵਿੱਚ ਪ੍ਰੋਵਾਈਡ ਕਰ ਦਿੱਤਾ ਗਿਆ ਥੈਂਕ ਯੂ